ਤੇਰੇ ਨਾਮ ਜਪਣ ਦਾ ਵੇਲਾ ਮਨਾ, ਤੇਰੇ ਨਾਮ ਜਪਣ ਦਾ ਵੇਲਾ, ਤੇਰੇ ਨਾਮ ਜਪਣ ਦਾ ਵੇਲਾ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਤੇਰੇ ਨਾਮ ਜਪਣ ਦਾ ਵੇਲਾ ਮਨਾ, ਤੇਰੇ ਨਾਮ ਜਪਣ ਦਾ ਵੇਲਾ, ਤੇਰੇ ਨਾਮ ਜਪਣ ਦਾ ਵੇਲਾ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ ਮਨਾ, ਤੇਰੇ ਨਾਮ ਜਪਣ ਦਾ ਵੇਲਾ, ਤੇਰੇ ਨਾਮ ਜਪਣ ਦਾ ਵੇਲਾ ਮਨਾ, ਤੇਰੇ ਨਾਮ ਜਪਣ ਦਾ ਵੇਲਾ, ਤੇਰੇ ਨਾਮ ਜਪਣ ਦਾ ਵੇਲਾ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ ਮਨਾ, ਤੇਰੇ ਨਾਮ ਜਪਣ ਦਾ ਵੇਲਾ, ਤੇਰੇ ਨਾਮ ਜਪਣ ਦਾ ਵੇਲਾ ਮਨਾ, ਤੇਰੇ ਨਾਮ ਜਪਣ ਦਾ ਵੇਲਾ, ਤੇਰੇ ਨਾਮ ਜਪਣ ਦਾ ਵੇਲਾ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ ਮਨਾ, ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ
ਮਨਾ ਤੇਰੇ ਨਾਮ ਜਪਣ ਦਾ ਵੇਲਾ, ਤੇਰੇ ਨਾਮ ਜਪਣ ਦਾ ਵੇਲਾ, ਮਨਾ ਤੇਰੇ ਨਾਮ ਜਪਣ ਦਾ ਵੇਲਾ, ਤੇਰੇ ਨਾਮ ਜਪਣ ਦਾ ਵੇਲਾ, ਮਨਾ ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ, ਮਨਾ ਤੇਰੇ ਨਾਮ ਜਪਣ ਦਾ ਵੇਲਾ, ਉੱਠ ਜਾਗ ਸਵੇਰੇ ਜੀ, ਮਨਾ ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ, ਮਨਾ ਤੇਰੇ ਨਾਮ ਜਪਣ ਦਾ ਵੇਲਾ, ਉੱਠ ਜਾਗ ਸਵੇਰੇ ਜੀ, ਮਨਾ ਤੇਰੇ ਨਾਮ ਜਪਣ ਦਾ ਵੇਲਾ, ਤੇਰੇ ਨਾਮ ਜਪਣ ਦਾ ਵੇਲਾ, ਮਨਾ ਤੇਰੇ ਨਾਮ ਜਪਣ ਦਾ ਵੇਲਾ, ਤੇਰੇ ਨਾਮ ਜਪਣ ਦਾ ਵੇਲਾ, ਮਨਾ ਤੇਰੇ ਨਾਮ ਜਪਣ ਦਾ ਵੇਲਾ। ਉੱਠ ਜਾਗ ਸਵੇਰੇ ਜੀ, ਮਨਾ ਤੇਰੇ ਨਾਮ ਜਪਣ ਦਾ ਵੇਲਾ, ਉੱਠ ਜਾਗ ਸਵੇਰੇ ਜੀ, ਮਨਾ ਤੇਰੇ ਨਾਮ ਜਪਣ ਦਾ ਵੇਲਾ। ਗੁਰੂ ਨਾਨਕ ਮੇਰੇ ਮਿਹਰ ਕਰੋ, ਅਸੀਂ ਤੇਰੀ ਮਿਹਰ ਨਾਲ ਤਰਨਾ। ਗੁਰੂ ਨਾਨਕ ਮੇਰੇ ਮਿਹਰ ਕਰੋ, ਗੁਰੂ ਨਾਨਕ ਮੇਰੇ ਮਿਹਰ ਕਰੋ, ਅਸੀਂ ਤੇਰੀ ਮਿਹਰ ਨਾਲ ਤਰਨਾ। ਗੁਰੂ ਨਾਨਕ ਮੇਰੇ ਮਿਹਰ ਕਰੋ, ਗੁਰੂ ਨਾਨਕ ਮੇਰੇ ਮਿਹਰ ਕਰੋ, ਅਸੀਂ ਤੇਰੀ ਮਿਹਰ ਨਾਲ ਤਰਨਾ। ਗੁਰੂ ਨਾਨਕ ਮੇਰੇ ਮਿਹਰ ਕਰੋ, ਗੁਰੂ ਨਾਨਕ ਮੇਰੇ ਮਿਹਰ ਕਰੋ, ਅਸੀਂ ਤੇਰੀ ਮਿਹਰ ਨਾਲ ਤਰਨਾ। ਗੁਰੂ ਨਾਨਕ ਮੇਰੇ ਮਿਹਰ ਕਰੋ, ਗੁਰੂ ਨਾਨਕ ਮੇਰੇ ਮਿਹਰ ਕਰੋ, ਅਸੀਂ ਤੇਰੀ ਮਿਹਰ ਨਾਲ ਤਰਨਾ। ਗੁਰੂ ਨਾਨਕ ਮੇਰੇ ਮਿਹਰ ਕਰੋ, ਗੁਰੂ ਨਾਨਕ ਮੇਰੇ ਮਿਹਰ ਕਰੋ, ਅਸੀਂ ਤੇਰੀ ਮਿਹਰ ਨਾਲ ਤਰਨਾ। ਗੁਰੂ ਨਾਨਕ ਮੇਰੇ ਮਿਹਰ ਕਰੋ, ਗੁਰੂ ਨਾਨਕ ਮੇਰੇ ਮਿਹਰ ਕਰੋ, ਅਸੀਂ ਤੇਰੀ ਮਿਹਰ ਨਾਲ ਤਰਨਾ। ਗੁਰੂ ਨਾਨਕ ਮੇਰੇ ਮਿਹਰ ਕਰੋ, ਗੁਰੂ ਨਾਨਕ ਮੇਰੇ ਮਿਹਰ ਕਰੋ, ਅਸੀਂ ਤੇਰੀ ਮਿਹਰ ਨਾਲ ਤਰਨਾ। ਗੁਰੂ ਨਾਨਕ ਮੇਰੇ ਮਿਹਰ ਕਰੋ, ਗੁਰੂ ਨਾਨਕ ਮੇਰੇ ਮਿਹਰ ਕਰੋ, ਅਸੀਂ ਤੇਰੀ ਮਿਹਰ ਨਾਲ ਤਰਨਾ। ਗੁਰੂ ਨਾਨਕ ਮੇਰੇ ਮਿਹਰ ਕਰੋ, ਗੁਰੂ ਨਾਨਕ ਮੇਰੇ ਮਿਹਰ ਕਰੋ,
ਅਸੀਂ ਤੇਰੀ ਮਿਹਰ ਨਾਲ ਤਰਨਾ ਗੁਰੂ ਨਾਨਕ ਮੇਰੇ ਮਿਹਰ ਕਰੋ ਗੁਰੂ ਨਾਨਕ ਮੇਰੇ ਮਿਹਰ ਕਰੋ ਅਸੀਂ ਤੇਰੀ ਮਿਹਰ ਨਾਲ ਤਰਨਾ ਜੀਓ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੀ ਸਾਧ ਸੰਗਤ ਜੀਓ, ਅੰਮ੍ਰਿਤ ਵੇਲੇ ਦਾ ਸਮਾਂ ਹੈ। ਆਪ ਸਭ ਬੜੇ ਵੱਡੇ ਭਾਗਾਂ ਵਾਲੇ ਹੋ, ਜਿਹੜੇ ਇੱਥੇ ਵੀ ਸੰਗਤ ਵਿਰਾਜਮਾਨ ਹੈ, ਦੇਸਾਂ ਵਿਦੇਸਾਂ ਵਿੱਚ ਜਿੱਥੇ ਵੀ ਸੰਗਤ ਜੁੜ ਬੈਠੀ ਹੈ ਇਸ ਸਮੇਂ। ਆਪ ਸਭਨਾਂ 'ਤੇ ਹੀ ਸਤਿਗੁਰੂ ਜੀ ਦੀ ਕਿਰਪਾ ਵਰਤੀ ਹੈ, ਕਿਉਂਕਿ ਉਹਦੀ ਮਿਹਰ ਤੋਂ ਬਿਨਾਂ ਨਾ ਜਪਿਆ ਜਾ ਸਕਦਾ ਹੈ, ਨਾ ਉੱਠ ਕੇ ਗਾਇਆ ਜਾ ਸਕਦਾ ਹੈ। ਸੋ ਸ਼ੁਕਰਾਨੇ ਕਰੀ ਆਪਣੇ ਮਾਲਕਾਂ ਦੇ, ਇਹ ਅੰਮ੍ਰਿਤ ਵੇਲੇ ਦੀਆਂ ਘੜੀਆਂ ਨਸੀਬ ਹੋਈਆਂ ਹਨ। ਅਰਦਾਸ ਕਰੀ ਸੱਚੇ ਪਾਤਸ਼ਾਹ ਜੀਵਨ ਦੇ ਅੰਤਲੇ ਸਵਾਸਾਂ ਤੱਕ ਇਹ ਘੜੀਆਂ ਬਖਸ਼ਦੇ ਰਹਿਣਾ, ਆਪਣੇ ਚਰਨਾਂ ਦਾ ਰਸ ਬਖਸ਼ਿਸ਼ ਕਰੋ, ਮਿਹਰ ਕਰੋ, ਐਸਾ ਛੱਟਾ ਮਾਰੋ ਕਿ ਜਿਹੜੀ ਸਾਡੀ ਸੁਰਤ ਇਕਾਗਰ ਹੋ ਸਕੇ, ਆਪ ਜੀ ਦੇ ਚਰਨਾਂ ਦਾ ਰਸ ਲੈ ਸਕੀਏ, ਆਪਦੀ ਬਾਣੀ ਨਾਲ ਜੁੜ ਸਕੀਏ। ਆਓ ਹਾਜ਼ਰ ਨਾਜ਼ਰ ਬਿਰਤੀ ਬਣਾਉਂਦਿਆਂ ਹੋਇਆਂ, ਸੁਰਤ ਇਕਾਗਰ ਕਰਦਿਆਂ ਹੋਇਆਂ, ਸਾਵਧਾਨ ਹੋ ਕੇ ਜਿਹੜੀ ਘਰਾਂ ਵਿੱਚ ਵੀ ਸੰਗਤ ਬੈਠੀ ਹੈ, ਆਪ ਜੀ ਲਾਈਟਾਂ ਬੰਦ ਕਰ ਦਿਓ, ਔਰ ਸਾਵਧਾਨ ਹੋ ਕੇ ਹਾਜ਼ਰ ਨਾਜ਼ਰ ਬਿਰਤੀ ਬਣਾਉਂਦਿਆਂ ਹੋਇਆਂ, ਸੁਰਤ ਇਕਾਗਰ ਕਰਦਿਆਂ ਹੋਇਆਂ, ਆਓ ਸਾਰੇ ਗੁਰੂ ਚਰਨਾਂ ਨਾਲ ਜੁੜੀਏ ਜੀ। ਵਾਹਿਗੁਰੂ।
Vai tu, 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 vai
Bye.
I do.
Na 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 na.
गुण परे एक गुण नाही अमृत छाट दिखै बिख खाई I don't know.
ਸਤਨਾਮ ਵਾਹਿਗੁਰੂ ਇੱਕ ਤੂੰ ਹੀ
ਇੱਕ ਤੂੰ ਹੀ ਗੁਰੂ ਨਾਨਕ ਤੂੰ ਹੀ ਇੱਕ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਇੱਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਨਾਨਕ ਜੀ ਇਰਾ ਤੂੰ ਹੀ
ਤੇਰੇ ਧੰਨ ਬਾਬਾ ਨਾਨਕ, ਧੰਨ ਬਾਬਾ ਨਾਨਕ, ਧੰਨ ਬਾਬਾ ਨਾਨਕ, ਨਾਨਕ ਜੀ
back.
करो दया मेरे साईं, मेरे साईं, मेरे साईं, तुम करो Why do?
ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜਿਓ, ਸਭ ਕੁਛ ਤੂੰ
ਵਿੱਚ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਸਭ ਵਿੱਚ ਤੂੰ ਹੈ, ਤੂੰ ਹੈ ਮੇਰੇ ਪਿਆਰੇ, 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 ਤੇਰੀ ਕੁਦਰਤ ਕੋ ਤੇਰੀ ਕੁਦਰਤ
साथ संतन की दे हो प्यारे आप संतन की दे हो प्यारे दे हो प्यारे दे हो प्यारे आप संतन तू है मेरे प्यारे बिच तू है मेरे प्यारे 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 तेरी कुदरत
ਬੜਾਈ ਸਭ ਕੁਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਸਾਡੀ ਹੋਮੇ ਸਾਡੀ ਮੈਂ ਵਿੱਚੋਂ ਨਿਕਲ ਜਾਏ ਅਤੇ ਤੂੰ ਦੀ ਪੜ੍ਹਾਈ ਸਾਨੂੰ ਵੀ ਆ ਜਾਵੇ ਸਾਰੀ ਜ਼ਿੰਦਗੀ ਸਾਰਾ ਜੀਵਨ ਲੱਗ ਜਾਂਦਾ ਹੈ ਇਹ ਹੋਮੇ ਦੀ ਦੀਵਾਰ ਹੀ ਨਹੀਂ ਟੈਂਦੀ ਬਹੁਤ ਕਿਰਪਾ ਵੜ ਜਾਵੇ ਸਾਰੇ ਔਗਣਾਂ 'ਤੇ ਕੰਟਰੋਲ ਹੋ ਜਾਂਦਾ ਹੈ ਪਰ ਸਭ ਤੋਂ ਜ਼ਿਆਦਾ ਔਖਾ ਔਗਣ ਜਿਹੜਾ ਨਾ ਜਿਹੜਾ ਤੰਗ ਕਰਦਾ ਹੈ ਉਹ ਹੋਮੇ ਦਾ ਰੋਗ ਹੈ ਭਾਵੇਂ ਲਫ਼ਜ਼ਾਂ ਰਾਹੀਂ ਨਹੀਂ ਪਰ ਜਿਹੜੇ ਮਨ ਦੇ ਅੰਦਰ ਘੁਲਦੀ ਹੈ ਆਪਾਂ ਭਾਵ ਛੇਤੀ ਨਹੀਂ ਜਾਂਦਾ ਪਰ ਜਿਨ੍ਹਾਂ ਦਾ ਚਲਾ ਜਾਂਦਾ ਹੈ ਫਿਰ ਉਹ ਤੂੰ ਦੀ ਪੜ੍ਹਾਈ ਸਭ ਕੁਛ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਏ ਜੀਓ ਫਿਰ ਹਰ ਰੰਗ ਵਿੱਚ ਤੂੰ ਹੀ ਨਜ਼ਰ ਆਉਂਦਾ ਹੈ ਹਰ ਰੇਖ ਵਿੱਚ ਹਰ ਭੇਖ ਵਿੱਚ ਕੋਈ ਕਰਤਾਰ ਰਮਿਆ ਨਜ਼ਰ ਆ ਜਾਂਦਾ ਹੈ ਪਰ ਹੈ ਬੜਾ ਔਖਾ ਇਹ ਹੈ ਬੜਾ ਔਖਾ ਅਸੀਂ ਆਪਣੇ ਪ੍ਰੈਕਟੀਕਲ ਜੀਵਨ ਵਿੱਚ ਹੀ ਇਸ ਨੂੰ ਜ਼ਰਾ ਝਾਤ ਮਾਰ ਕੇ ਦੇਖੀਏ ਖਾਲੀ ਇਸੀ ਪੰਕਤੀ 'ਤੇ ਸਭ ਕੁਛ ਤੂੰ ਹੈ ਮੇਰੇ ਪਿਆਰੇ ਜਿਤਨੇ ਪਿਆਰ ਨਾਲ ਜਿਤਨੇ ਭਾਵ ਨਾਲ ਇਸ ਪੰਕਤੀ ਨੂੰ ਗਾ ਰਹੇ ਹਾਂ ਕਿ ਉਨੇ ਪਿਆਰ ਨਾਲ ਉਨੀ ਯਾਦ ਨਾਲ ਇਸ ਪੰਕਤੀ ਨੂੰ ਯਾਦ ਵੀ ਰੱਖਦੇ ਹਾਂ ਆਪਣੇ ਦਿਨ ਦੀ ਕਿਰਿਆ ਦੇ ਵਿੱਚ ਉੱਥੇ ਬੜੇ ਕੰਮਾਂ ਵਿੱਚ ਸਾਡੀ ਮੈਂ ਉੱਪਰ ਜਾਂਦੀ ਹੈ ਅਸੀਂ ਇਸੀ ਚੀਜ਼ ਦਾ ਅਭਿਆਸ ਕਰਨਾ ਹੈ ਸੱਚੇ ਪਾਤਸ਼ਾਹ ਜੇ ਇਹ ਕੰਮ ਹੋਇਆ ਤਾਂ ਤੇਰੀ ਨਜ਼ਰ ਹੋਈ ਜੇ ਇਹ ਚੀਜ਼ ਸਵਾਦ ਬਣ ਗਈ ਤਾਂ ਤੇਰੀ ਕਿਰਪਾ ਜੇ ਇਹ ਕੰਮ ਚੰਗਾ ਹੋ ਗਿਆ ਤਾਂ ਤੇਰੀ ਕਿਰਪਾ ਇਹ ਕੰਮ ਨਹੀਂ ਹੋਇਆ ਤਾਂ ਤੇਰੀ ਰਜ਼ਾ ਹੈ ਮਾਲਕਾ ਸਭ ਕੁਛ ਤੂੰ ਹੈ ਇਹ ਤੇਰੇ ਭਾਣੇ ਅੰਦਰ ਹੈ ਇਹ ਸਾਰਾ ਸ਼ਬਦ ਆਪ ਜੀ ਪੜ੍ਹੋ ਉਹਦੇ ਭਾਣੇ ਅੰਦਰ ਤੇਰਾ ਭਾਣਾ ਹੈ ਤੇਰੀ ਰਜ਼ਾ ਹੈ ਅਤੇ ਕੋਈ ਵਸਦਾ ਹੈ ਉਹ ਤੇਰੇ ਰਸ ਲੈ ਸਕਦਾ ਹੈ ਨਹੀਂ ਤਾਂ ਸਾਰੇ ਜੀਵਨ ਉਜੜਿਆ ਹੀ ਰਹਿੰਦਾ ਹੈ ਭਾਵ ਕਿ ਜਿਹੜਾ ਰਾਹ ਸਹੀ ਰਾਹ ਮਾਰਗ ਜਿਹੜਾ ਪ੍ਰਭੂ ਪ੍ਰਾਪਤੀ ਦਾ ਪ੍ਰਭੂ ਮਿਲਾਪ ਦਾ ਉਹ ਵੀ ਤੇਰੀ ਰਜ਼ਾ ਨਾਲ ਹੀ ਮਿਲਣਾ ਹੈ ਤੇਰੇ ਰਜ਼ਾ ਵਿੱਚ ਹੀ ਜਿਹਨੂੰ ਤੂੰ ਮੱਤ ਦਿੱਤੀ ਹੈ ਅਤੇ ਉਹ ਸਿਆਣਾ ਹੈ ਜਿਹਨੂੰ ਨਹੀਂ ਦਿੱਤੀ ਉਹ ਮੂਰਖ ਹੈ ਇਹ ਵੀ ਤੇਰੀ ਰਜ਼ਾ ਹੈ ਅਸੀਂ ਇਹਨਾਂ ਬਾਤਾਂ ਨੂੰ ਕਿਤਨਾ ਗੁਦਰੜ ਰੱਖਦੇ ਹਾਂ ਜਦੋਂ ਅਸੀਂ ਬਾਣੀ ਪੜ੍ਹ ਰਹੇ ਹਾਂ ਜਿਹੜਾ ਸ਼ਬਦ ਆ ਗਿਆ ਸਤਿਗੁਰੂ ਦੀ ਬਖਸ਼ਿਸ਼ ਵਰਤੀ ਹੈ ਉਹ ਜੇ ਬੇਨਤੀ ਅਸੀਂ ਸਤਿਗੁਰੂ ਦੇ ਚਰਨਾਂ 'ਚ ਕਰੀਏ ਅੱਜ ਇਹ ਸ਼ਬਦ ਸਤ ਸਾਹਿਬ ਨੇ ਮਿਹਰ ਕੀਤੀ ਹੈ ਸਭ ਕੁਛ ਤੂੰ ਹੈ ਮੇਰੇ ਪਿਆਰੇ ਇਹ ਬੇਨਤੀ ਲਗਾਈਏ ਸੱਚੇ ਪਾਤਸ਼ਾਹ ਇਹ ਦਾਤ ਇਹ ਸਾਡੀ ਝੋਲੀ ਵਿੱਚ ਵੀ ਪਾ ਦਿਓ ਸਾਡੀ ਮਤ ਬੁੱਧ ਐਸੀ ਬਣ ਜਾਵੇ ਜਿਹਦੇ ਵਿੱਚ ਮੈਂ ਰਹੀ ਹੀ ਨਾ ਤੂੰ ਹੀ ਤੂੰ ਨਜ਼ਰ ਆਵੇ ਹਰ ਚੀਜ਼ ਦਾ ਕ੍ਰੈਡਿਟ ਤੂੰ ਹਰ ਚੀਜ਼ ਦਾ ਕ੍ਰੈਡਿਟ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ
ਇਤਨੀ ਸਿੱਖੀ ਨੂੰ ਢਾਹ ਲੱਗ ਚੁੱਕੀ ਸੀ ਕਿ ਅੰਗਰੇਜ਼ਾਂ ਨੇ ਇੱਥੇ ਤੱਕ ਕਹਿ ਦਿੱਤਾ ਇੱਕ ਸੈਮੀਨਾਰ ਦੇ ਵਿੱਚ ਇਹ ਅੱਜ ਅਸੀਂ ਟਰਬਨ ਵਾਲੇ ਸਿੱਖ ਫੋਟੋ ਵਿੱਚ ਇੱਥੇ ਲਗਾਏ ਹਨ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਹੈ ਫਿਰ ਅਸੀਂ ਦੱਸਿਆ ਕਰਾਂਗੇ ਇਹੋ ਜਿਹੇ ਲੋਕ ਸਰਦਾਰ ਹੁੰਦੇ ਸਨ। ਇਤਨਾ ਮਨ ਨੂੰ ਠੇਸ ਵਸਦੀ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਅਰਦਾਸ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੇਵਾ ਲਓ ਤੇਰਾ ਪੰਨ ਚੜ੍ਹਦੀ ਕਲਾ ਵਿੱਚ ਜਾਵੇ ਢਹਿੰਦੀ ਕਲਾ ਵਿੱਚ ਨਹੀਂ। ਐਸਾ ਬੀੜਾ ਚੁੱਕਿਆ ਕਿਤਨੇ ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਕੇ ਸਿੰਘ ਬਣਾਇਆ ਪਰ ਮਨ ਦੀ ਬਿਰਤੀ ਕਿੱਥੇ ਸੀ ਜਦੋਂ ਧੰਨ ਗੁਰੂ ਰਾਮਦਾਸ ਦੇ ਦਰ ਤੇ ਜਾਣਾ ਤੇ ਮੱਥੇ ਟੇਕੀ ਜਾਣਾ ਟੇਕੀ ਜਾਣਾ ਟੇਕੀ ਜਾਣਾ ਇਹ ਮੱਥਾ ਵੀ ਲਾਲ ਹੋ ਜਾਇਆ ਕਰਨਾ ਨਾਲ ਜਿਹੜੇ ਸਿੰਘ ਸੇਵਾਦਾਰ ਬਾਬਾ ਜੀ ਆਪ ਜੀ ਇਤਨੇ ਮੱਥੇ ਕਿਉਂ ਟੇਕਦੇ ਹੋ ਕਹਿੰਦੇ ਕੀ ਕਰਾਂ ਜਿੱਥੇ ਜਾਂਦਾ ਹਾਂ ਸੰਗਤ ਬੜੇ ਪਿਆਰ ਨਾਲ ਸਤਿਕਾਰ ਨਾਲ ਉਹਨਾਂ ਦੀ ਭਾਵਨਾ ਕਹਿੰਦੇ ਜਿਹੜੇ ਉਹ ਪਿਆਰ ਮੈਨੂੰ ਦਿੰਦੀ ਹੈ ਜਿਹੜਾ ਸਤਿਕਾਰ ਦਿੰਦੀ ਉਹ ਮੇਰਾ ਨਹੀਂ ਧੰਨ ਗੁਰੂ ਰਾਮਦਾਸ ਉਹ ਤੇਰਾ ਹੈ ਉਹ ਜਿਹੜਾ ਸੰਗਤ ਮੈਨੂੰ ਦਿੰਦੀ ਉਹ ਮੈਂ ਤੇਰੇ ਦਰ 'ਤੇ ਆ ਕੇ ਤੈਨੂੰ ਭੇਟਾ ਕਰ ਦਿੰਦਾ ਹਾਂ। ਬਿਰਤੀ ਕਿੱਥੇ ਹੈ ਸਭ ਕੁਛ ਤੂੰ ਹੈ ਜੋ ਕਰ ਕਰਾ ਰਿਹਾ ਹੈ ਸੋ ਤੂੰ ਕਰ ਕਰਾ ਰਿਹਾ ਹੈ। ਅੱਜ ਜੇ ਇਹ ਸ਼ਬਦ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਝੋਲੀ 'ਚ ਪਾਇਆ ਹੈ ਇਸ ਚੀਜ਼ ਨੂੰ ਆਪਾਂ ਦ੍ਰਿੜ ਕਰਨਾ ਹੈ ਖਾਲੀ ਗਾ ਕੇ ਪੜ੍ਹ ਕੇ ਸੁਣ ਕੇ ਨਹੀਂ ਛੱਡਣਾ ਇਸ ਸ਼ਬਦ ਦੇ ਭਾਵ ਨੂੰ ਦ੍ਰਿੜ ਕਰਨਾ ਹੈ ਕਿਉਂਕਿ ਸਾਡੀ ਜ਼ਿੰਦਗੀ ਦਾ ਸਾਰ ਹੈ ਇਹ ਹੀ ਖੋਮੇ ਦੀ ਦੀਵਾਰ ਸਾਡੇ ਕੋਲ ਨਹੀਂ ਢਹਿੰਦੀ ਸਾਰਾ ਜੀਵਨ ਬੀਤ ਜਾਂਦਾ ਹੈ ਇਹ ਹੋਮੇ ਦਾ ਪੜਦਾ ਹੀ ਨਹੀਂ ਚੱਕਿਆ ਜਾਂਦਾ ਜਦੋਂ ਇਹ ਚੱਕਿਆ ਗਿਆ ਹਰ ਚੀਜ਼ ਦਾ ਕ੍ਰੈਡਿਟ ਅਸੀਂ ਆਪਣੇ ਗੁਰੂ ਨੂੰ ਦੇਣਾ ਸ਼ੁਰੂ ਕਰ ਦਿੱਤਾ ਤੇ ਫਿਰ ਸਾਡਾ ਮਿਲਾਪ ਹੈ ਸਿਰਫ ਇਤਨੀ ਕੁਝ ਦੂਰੀ ਹੈ ਮੈਂ ਤੋਂ ਤੂੰ ਦੇ ਵਿੱਚ ਜਾਣ ਲਈ ਇਤਨੀ ਹੀ ਦੂਰੀ ਹੈ ਕਿ ਹਰ ਚੀਜ਼ ਦਾ ਕ੍ਰੈਡਿਟ ਅਸੀਂ ਆਪਣੇ ਗੁਰੂ ਨੂੰ ਦੇਈਏ ਅੱਜ ਝੋਲੀ ਅੜ ਕੇ ਮੰਗ ਲਈਏ ਸੱਚੇ ਪਾਤਸ਼ਾਹ ਇਹ ਦਾਤ ਸਾਡੀ ਝੋਲੀ 'ਚ ਪਾਓ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਦੁੱਧ ਤਿਹਾਈ ਇਹ ਮਤ ਐਸੀ ਹੋ ਜਾਏ ਜੋ ਕਰ ਕਰਾ ਰਿਹਾ ਮਾਲਕਾ ਜੇ ਚੰਗਾ ਹੈ ਤਾਂ ਵੀ ਮੇਰੇ ਪੱਲੇ ਲਈ ਹੈ ਜੇ ਮਾੜਾ ਹੈ ਤਾਂ ਮਾੜਾ ਤੂੰ ਕਰਨਾ ਨਹੀਂ ਹੈ ਅੱਜ ਮੈਨੂੰ ਔਖਾ ਨਹੀਂ ਮਿਲੀਆਂ ਪਰ ਇਹਦੇ ਵਿੱਚ ਵੀ ਮੇਰਾ ਭਲਾ ਹੀ ਹੈ ਮਾੜਾ ਨਹੀਂ ਉਹਦੀ ਰਜਾ ਦੇ ਵਿੱਚ ਰਾਜੀ ਅੱਜ ਅਰਦਾਸ ਕਰੀ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਸਾਡੀ ਮਤ ਬੁੱਧ ਐਸੀ ਬਣ ਜਾਵੇ ਸਭ ਕੁਛ ਤੂੰ ਹੈ ਮੇਰੇ ਪਿਆਰੇ ਸਭ ਕੁਛ ਤੂੰ ਹੈ ਮੇਰੇ ਪਿਆਰੇ ਤੂੰ ਹੈ ਮੇਰੇ ਪਿਆਰੇ ਕੁਦਰਤ ਕੋ ਬਲ ਜਾਇਓ ਤੇਰੀ ਕੁਦਰਤ ਕੋ ਬਲ ਜਾਇ ਜਿਓ ਤੂੰ ਹੈ ਮੇਰੇ ਪਿਆਰੇ ਤੂੰ ਹੈ ਮੇਰੇ ਪਿਆਰੇ
ਵਿੱਚ ਤੂੰ ਹੈ ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਗੁਰੂ ਮਿਹਰ ਕਰਦੇ ਹਨ ਜਿਹੜੇ ਸਾਡੇ ਅੰਦਰ ਈਗੋ ਬੈਠੀ ਹੈ, ਸਾਰੇ ਪੌੜੇ ਹੀ ਇਸਦੇ ਹਨ। ਘਰ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਾਂ, ਕਾਰੋਬਾਰ ਕਰਦੇ ਹਾਂ, ਇੱਥੋਂ ਤੱਕ ਕਿ ਸੇਵਾ ਕਰਦੇ ਹਾਂ, ਸਿਮਰਨ ਕਰਦਿਆਂ ਵੀ ਇਹ ਸਾਡੀ ਈਗੋ ਮਾਰ ਜਾਂਦੀ ਹੈ ਸਾਨੂੰ। ਕਿਸੇ ਨੇ ਮਾੜਾ ਚੰਗਾ ਬੋਲ ਦਿੱਤਾ, ਬਸ ਉਸੇ ਵਿੱਚ ਹੀ ਕੰਮ ਹੋ ਜਾਂਦਾ ਹੈ। ਕਈ ਵਾਰ ਅਸੀਂ ਆਪਣੀਆਂ ਸੇਵਾਵਾਂ ਛੱਡ ਬੈਠਦੇ ਹਾਂ, ਉਹ ਚੀਜ਼ ਬਰਦਾਸ਼ਤ ਨਹੀਂ ਹੋ ਪਾਉਂਦੀ ਹੈ। ਕਿਉਂ ਅਜੇ ਹੋ ਬੈਠੀ ਅੰਦਰ, ਇਹ ਹੋ ਹੀ ਨਿਕਲਣੀ ਬੜੀ ਔਖੀ ਹੈ। ਗੁਰੂ ਮਿਹਰ ਕਰ ਦੇਣ, ਜਦੋਂ ਮਾਣ ਮਿਲੇ ਸੱਚੇ ਪਾਤਸ਼ਾਹ ਤੇਰੀ ਕਿਰਪਾ। ਜੇ ਕਿਸੇ ਨੇ ਮਾੜੇ ਬੋਲਦੇ ਤੇ ਜੇ ਮਾਣ ਝੋਲੀ 'ਚ ਪਵਾਉਣਾ ਹੈ ਤੇ ਔਖੇ ਲਫ਼ਜ਼ ਕਿਸੇ ਨੇ ਦਿੱਤੇ, ਫਿਰ ਉਹ ਕਿਉਂ ਨਹੀਂ ਝੋਲੀ 'ਚ ਪਵਾਉਂਦੇ ਅਸੀਂ? ਮੇਰੇ 'ਚ ਹੀ ਕੋਈ ਕਮੀ ਹੋਏਗੀ, ਆਪਣੇ ਅੰਦਰ ਝਾਤ ਮਾਰਨੀ ਹੈ। ਪਰ ਸਾਡਾ ਕੀ ਹੁੰਦਾ ਹੈ, ਦੂਜਿਆਂ 'ਚ ਅਸੀਂ ਬੜੇ ਦੋਸ਼ ਦੇਖਦੇ ਹਾਂ, ਆਪਣੇ ਅੰਦਰ ਨਜ਼ਰ ਹੀ ਨਹੀਂ ਆਉਂਦੇ। ਜੇ ਨਜ਼ਰ ਆਉਂਦੇ ਹੈ ਤਾਂ ਵਿਰਲਿਆਂ ਨੂੰ ਗੁਰੂ ਮਿਹਰ ਕਰ ਦੇਣ, ਇਹ ਪੌੜੀ ਚੜ੍ਹਾ ਦੇਣ ਸੱਚੇ ਪਾਤਸ਼ਾਹ। ਸਾਡੇ ਸਾਰਿਆਂ 'ਤੇ ਬਖਸ਼ਿਸ਼ ਹੋ ਜਾਵੇ, ਜਿਤਨੇ ਇਹ ਅੰਮ੍ਰਿਤ ਵੇਲੇ ਇਹ ਸਿਮਰਤ ਸਾਧਨਾ ਪਰਿਵਾਰ ਬੈਠਾ ਹੈ। ਜੇ ਮਾਣ ਮਿਲ ਜਾਵੇ ਤਾਂ ਸਤਿਗੁਰੂ ਜੀ, ਉਹ ਤੁਹਾਡੀ ਕਿਰਪਾ। ਜੇ ਕਦੇ ਔਖੇ ਲਫ਼ਜ਼ ਵੀ ਸਾਡੀ ਝੋਲੀ 'ਚ ਪੈਣ ਤਾਂ ਸੱਚੇ ਪਾਤਸ਼ਾਹ, ਇਹ ਵੀ ਤੇਰੀ ਕਿਰਪਾ, ਇਹ ਵੀ ਜਰਨ ਦੀ ਤਾਕਤ, ਇਹ ਵੀ ਸਾਡੇ ਵਿੱਚ ਹੀ ਕੋਈ ਕਮੀ ਹੋਏਗੀ। ਜੇ ਇਹ ਬੋਲ ਤੁਸੀਂ ਝੋਲੀ ਵਿੱਚ ਪਵਾਏ ਹਨ, ਇਹਦਾ ਵੀ ਕ੍ਰੈਡਿਟ ਸੱਚੇ ਪਾਤਸ਼ਾਹ ਤੇਰਾ ਹੀ ਹੈ। ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਗੁਰੂ ਮਿਹਰ ਕਰ ਦੇਣ। ਅੱਜ ਬੁੱਧਵਾਰ ਦੇ ਵੀ ਦੀਵਾਨ ਹਨ, ਆਪ ਸਾਰੀ ਸੰਗਤ ਭਲੀ ਭਾਂਤ ਜਾਣਦੇ ਹੋ, ਅਤੇ ਸਮਾਂ 4:30 ਤੋਂ 6:30 ਵਜੇ ਤੱਕ ਆਪ ਸਾਰੀ ਸੰਗਤ ਨੇ ਰਸ ਮਾਣਨਾ ਹੈ। ਗਰੀਬ ਨੂੰ ਆ ਕਿਰਪਾ ਕਰਨ, ਮਿਹਰ ਕਰਨ। ਆਪ ਜਿਵੇਂ ਹਫ਼ਤਾਵਾਰੀ ਦੀਵਾਨ ਵਿੱਚ ਜੁੜ ਬੈਠਦੇ ਹੋ, ਇਸੇ ਤਰ੍ਹਾਂ ਹੀ ਰਸ ਮਾਣਨਾ ਹੈ ਜੀ। ਆਓ ਹੁਣ ਕਵਿਤਾ ਦਾ ਰਸ ਲਈਏ।
ਕਵਿਤਾ ਦੇ ਕੁਛ ਬੋਲ ਅਤੇ ਉਸ ਤੋਂ ਬਾਅਦ ਫਿਰ ਸਮਾਪਤੀ ਵੱਲ ਵਧਿਆ ਜੀ। ਸਤਿਗੁਰ ਪਿਆਰੇ ਮੇਰੀ ਬਿਗੜੀ ਸਵਾਰ ਦੇ, ਸਤਿਗੁਰ ਪਿਆਰੇ ਮੇਰੀ ਬਿਗੜੀ ਸਵਾਰ ਦੇ, ਸਤਿਗੁਰ ਪਿਆਰੇ ਮੇਰੀ ਬਿਗੜੀ ਸਵਾਰ ਦੇ, ਸਤਿਗੁਰ ਪਿਆਰੇ ਨਾਨਕ ਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।
ਧੰਨ ਗੁਰ ਨਾਨਕ ਮੇਰੇ ਨੈਣਾ ਵਿੱਚ ਸਤਿਗੁਰ ਆਣ ਵਸਿਆ ਬਾਹਰ
तेरा शुक्र है, वाहे गुरु तेरा शुक्र है, वाहे गुरु तेरा शुक्र है, वाहे गुरु तेरा शुक्र है, शुक्र शुक्र शुक्राना है, शुक्र शुक्र शुक्राना है, शुक्र शुक्र शुक्राना है, शुक्र शुक्र शुक्राना है, अपना नाम आज पावो, मेरे सदा रो हर नाल।
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕੇਰ ਪਾਮੈ ਸੁਖ ਕਨੇਰ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੇਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਗੁਰਾਨੀ। ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ। ਅਰਦਾਸ ਤਿੰਨੇ ਤਾਪ ਨਿਵਾਰਣ ਹਾਰਾ ਦੁਖੰਤਾ ਸੁਖ ਰਾਸ ਤਾਕੋ ਬਿਗਨ ਨਾ ਕਉ ਲਾਗੈ ਜਾਕੀ ਪ੍ਰਭਾਗੇ ਅਰਦਾਸ। ਅਰਦਾਸ ਇੱਕੋ ਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰੇ ਘਰ ਨੋ ਨਿਧਾਵੇ ਧਾਏ ਸਭ ਥਾਈ ਹੋ ਜੀ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਓ ਸਭ ਥਾਈ ਹੋਏ ਜੀ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨੇ ਆਪ ਜੀ ਦਾ ਪਵਿੱਤਰ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਦੇਖ ਵਾਈ ਦੇਖ ਕੇ ਅੰਡਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਪਰ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਬਖਸ਼ੋ ਜੀਓ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲਣਾ ਜੀ ਸਿੱਖਾਂ ਦਾ ਹੋਵੇ ਜੀ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਹੇ ਅਕਾਲ ਪੁਰਖ ਵਾਹਿਗੁਰੂ ਜੀਓ
ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਸਿੱਖ ਪੰਥ ਵਿਛੜ ਚੁੱਕਾ ਹੈ ਤਿੰਨਾਂ ਕੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀਓ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਜੀ, ਨਿਤਾਣਿਆਂ ਦੇ ਤਾਣ ਸਤਿਗੁਰੂ ਜੀ, ਨਿਓਟਿਆਂ ਦੀ ਓਟ ਸਤਿਗੁਰੂ ਜੀ, ਨੇ ਆਸਰਿਆਂ ਦੇ ਆਸਰੇ ਸਤਿਗੁਰੂ ਜੀ, ਧੰਨ ਧੰਨ ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦਾ ਕੋਟਾਨ ਕੋਟ ਸ਼ੁਕਰ 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 ਮਹਾਰਾਜ। ਤਰਸ ਕੀਤਾ ਸੱਚੇ ਪਾਤਸ਼ਾਹ ਜੀ, ਉਹ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੇ ਹਨ, ਆਪ ਜੀ ਨੇ ਆਪਣੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਿਰਪਾ ਕਰੋ ਆਪਣੇ ਦਰੋ ਕਰੋ ਸਿੱਖੀ ਸਿੱਧਕ ਭਰੋਸਾ ਨਾਮ ਦੀ ਦਾਤਾਂ ਨਾਲ ਨਿਵਾਜੋ ਸੱਚੇ ਪਾਤਸ਼ਾਹ ਜੀ, ਉਹ ਆਪ ਜੀ ਨੇ ਕਿਰਪਾ ਕੀਤੀ ਹੈ, ਆਪਣੀ ਗੋਦ ਦਾ ਨਿੱਘ ਬਖਸ਼ਿਆ ਹੈ, ਆਪਣੀ ਗੋਦੀ 'ਚ ਬਿਠਾ ਕੇ ਸੱਚੇ ਪਾਤਸ਼ਾਹ ਜੀ, ਉਹ ਆਪ ਜੀ ਨੇ ਗੁਰ ਮੰਤਰ ਦੇ ਜਾਪ, ਗੁਰ ਸ਼ਬਦ ਦੇ ਜਾਪ, ਗੁਰ ਵਿਚਾਰਾਂ, 6 ਪੁੜੀ ਆਨੰਦ ਸਾਹਿਬ ਜੀ ਦੀ ਆਪ ਜੀ ਨੇ ਤਰਸ ਕਰਕੇ ਸੇਵਾ ਲਈ ਹੈ। ਸਤਿਗੁਰੂ ਜੀ, ਆਪ ਜੀ ਦੀ ਬਾਣੀ ਦਾ ਜਾਪ ਕਰਦਿਆਂ ਬੇਅੰਤ ਪਕਾ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਖਿੰਨ ਖਿੰਨ ਭੁੱਲਣ ਹਾਰ ਹਾਂ ਗੁਰੂ ਪਿਤਾ ਜੀ, ਬਖਸ਼ ਲਓ ਮੇਰੇ ਪਾਤਸ਼ਾਹ ਜੀ, ਉਹ ਸਾਡੇ ਔਗਣਾਂ ਨੂੰ ਨਾ ਚਿਤਾਰਨਾ। ਤਰਸ ਬਣਾਓ ਆਪਣੇ ਦਰੋ ਕਰੋ ਸੱਚੇ ਪਾਤਸ਼ਾਹ ਜੀ, ਉਹ ਨਾਮ ਦੀਆਂ ਦਾਤਾਂ ਨਾਲ ਨਿਵਾਜੋ ਮੇਰੇ ਪਾਤਸ਼ਾਹ ਜੀ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਿਆ ਚੁਗਲੀ ਦੁਵੇਸ਼ਾਂ ਤੋਂ ਬਚਾ ਕੇ ਸਤਿਗੁਰੂ ਜੀ ਆਪ ਜੀ ਨਾਮ ਦੇ ਠੰਡੇ ਪੈਰੇ ਹੇਠ ਰੱਖੋ। ਕਲ ਯੁਗ ਦੀਆਂ ਤੱਤੀਆਂ ਵਾਵਾਂ ਤੋਂ ਬਚਾਓ ਸੱਚੇ ਪਾਤਸ਼ਾਹ ਜੀ, ਉਹ ਤਰਸ ਬਣਾਓ ਤਰਸ ਕਰੋ ਸੱਚੇ ਪਾਤਸ਼ਾਹ ਜੀ, ਉਹ ਆਪਣਾ ਮਿਹਰ ਦੇ ਖਜ਼ਾਨੇ ਖੋਲ੍ਹੋ, ਆਪਣਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਦੇ ਸਿਰ 'ਤੇ ਰੱਖੋ ਸੱਚੇ ਪਾਤਸ਼ਾਹ ਜੀ, ਉਹ ਆਪ ਜੀ ਦੀ ਕਿਰਪਾ ਦਾ ਸਦਕਾ 4 ਪੈਰ ਰਹਿਣ, ਆਪ ਜੀ ਦੀ ਕਿਰਪਾ ਦਾ ਸਦਕਾ ਸੁੱਖਾਂ ਨਾਲ ਬਤੀਤ ਹੋਈ ਹੈ, 4 ਪੈਰ ਦਿਨ ਆ ਰਿਹਾ ਮਹਾਰਾਜ, ਆਪ ਜੀ ਦੀ ਯਾਦ ਵਿੱਚ ਬਤੀਤ ਹੋਵੇ, ਤੁਹਾਡੇ ਪਿਆਰਿਆਂ ਦਾ ਸੰਗ ਹੋਵੇ, ਐਸੀ ਮਿਹਰਮਤ ਕਰੋ ਸਾਰਾ ਦਿਨ ਤੁਹਾਡੀ ਯਾਦ ਬਣੀ ਰਹੇ, ਤੁਹਾਡਾ ਨਾਮ ਚੇਤੇ ਵਿੱਚ ਆਉਂਦਾ ਰਹੇ, ਐਸੀ ਮਿਹਰਮਤ ਕਰੋ ਸੱਚੇ ਪਾਤਸ਼ਾਹ ਜੀ, ਉਹ ਆਪ ਜੀ ਦੇ ਦਰੋ ਕਰੋ। ਆਪ ਜੀ ਦੀ ਜਿਹੜੀ ਸਭਾ ਹੈ ਭਾਈ ਦਇਆ ਸਿੰਘ ਜੀ ਨਿਸ਼ਕਾਮ ਸਤਸੰਗ ਸਭਾ ਨੂੰ ਮਹਾਰਾਜ ਸਾਰੇ ਕਾਰਜਾਂ ਵਿੱਚ ਆਪ ਸਹਾਈ ਹੋਵੋ, ਸਾਰੇ ਕਾਰਜ ਆਪ ਜੀ ਦੀ ਕਿਰਪਾ ਦਾ ਸਦਕਾ ਸੱਚੇ ਪਾਤਸ਼ਾਹ ਜੀ, ਉਹ ਵੱਧ ਚੜ੍ਹ ਕੇ ਸੰਗਤਾਂ ਦੀਆਂ ਸੇਵਾਵਾਂ ਵਿੱਚ ਲੱਗਣ, ਐਸੀ ਮਿਹਰਮਤ ਕਰੋ ਸੱਚੇ ਪਾਤਸ਼ਾਹ। ਸਭਾ ਦੇ ਮੁਖੀ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਆਪ ਜੀ ਪੂਰਨ ਦੇ ਰੋਗਤਾ ਦੇ ਦਾਨ ਬਖਸ਼ੋ ਮਹਾਰਾਜ, ਚੜ੍ਹਦੀ ਕਲਾ ਬਖਸ਼ੋ ਸੱਚੇ ਪਾਤਸ਼ਾਹ ਜੀ, ਸਾਰੇ ਦੀਵਾਨ ਸਾਰੇ ਮੈਦਾਨ ਸੱਚੇ ਪਾਤਸ਼ਾਹ ਜੀ ਫਤਿਹ ਬਖਸ਼ਣਾ, ਤਰਸ ਕਰਨਾ ਸੱਚੇ ਪਾਤਸ਼ਾਹ ਜੀ, ਉਹ ਆਪ ਹੀ ਆਪਣੀ ਕਿਰਪਾ ਦਾ ਸਦਕਾ ਨਾਮ ਜਪਦੇ ਅਤੇ ਸੰਗਤਾਂ ਨੂੰ ਨਾਮ ਜਪਾਉਂਦੇ ਰਹਿਣ, ਉਦਮ ਉਪਰਾਲੇ ਕਰਦੇ ਰਹਿਣ, ਐਸੀ ਕਿਰਪਾ ਵਰਤਾਓ ਸੱਚੇ ਪਾਤਸ਼ਾਹ ਜੀ। ਉਹ ਭਾਈ ਸਾਹਿਬ ਜੀ ਦੀ ਚੜ੍ਹਦੀ ਕਲਾ ਵਾਸਤੇ, ਆਪ ਜੀ ਦੀ ਲਾਡਲੀਆਂ ਸੰਗਤਾਂ ਨੇ ਸਭਾ ਦੀ ਚੜ੍ਹਦੀ ਕਲਾ ਵਾਸਤੇ ਮੂਲ ਮੰਤਰ ਦੇ 1,38,845 ਜਾਪ, ਜੱਜੀ ਸਾਹਿਬ ਜੀ ਦੇ 1,753 ਪਾਠ, ਚੁਪਈ ਸਾਹਿਬ ਜੀ ਦੇ 6,95 ਪਾਠ, ਵਾਹਿਗੁਰੂ ਗੁਰਮੰਤਰ ਦੇ 836,329 ਜਾਪ ਜੀ ਦੀ ਆਪ ਜੀ ਦੇ ਚਰਨਾਂ ਵਿੱਚ ਭੇਟਾ ਰੱਖੀ ਜਾ ਰਹੀ ਹੈ ਮਹਾਰਾਜ, ਹਾਜ਼ਰੀ ਦਰ ਪ੍ਰਵਾਨ ਕਰਨੀ ਪੜੀਗੀ ਬਾਣੀ ਦਰ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਬਾਣੀ ਵੀ ਪੜ੍ਹਨ ਵਿੱਚ ਹਾਜ਼ਰੀ ਲਗਾਈ ਹੈ, ਹਾਜ਼ਰੀ ਦਰ ਪ੍ਰਵਾਨ ਕਰਨੀ, ਆਪ ਹੀ ਤਰਸ ਕਰਨਾ ਹੋਰ ਗੁਰਬਾਣੀ ਪੜ੍ਹਨ ਹੋਰ ਜਾਪ ਕਰਨ ਦੀ ਆਪ ਜੀ ਤਾਕੀਦ ਬਖਸ਼ਣਾ, ਐਸੀ ਮਿਹਰਮਤ ਕਰੋ। ਇਸ ਮੈਂ ਆਪ ਜੀ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਏ ਪ੍ਰਵਾਨਿਆ ਹੋਇਆ ਪ੍ਰਸ਼ਾਦ ਆਪ ਜੀ ਦੀ ਲਾਡੀਆਂ ਸੰਗਤਾਂ 'ਚ ਵਰਤੇ,
ਜੋ ਜੀ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ। ਆਪ ਜੀ ਦੀ ਲਾਡਲੀਆਂ ਸੰਗਤਾਂ ਨੇ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਦੀ ਪੂਰਨ ਦੇਹ ਰੋਗਤਾ ਦੇ ਵਾਸਤੇ ਜਪਜੀ ਸਾਹਿਬ ਚੋਪਈ ਸਾਹਿਬ ਜੀ ਦੀਆਂ ਹਾਜ਼ਰੀਆਂ ਭਰੀਆਂ ਹਨ। ਸੱਚੇ ਪਾਤਸ਼ਾਹ ਜੀਓ, ਮਹਾਂਪੁਰਖਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ੋ, ਕੀਰਤਨ ਰੂਪ ਵਿੱਚ ਸੇਵਾਵਾਂ ਕਰ ਸਕਣ, ਐਸੀ ਮਿਹਰਾਮਤ ਕਰੋ ਸੱਚੇ ਪਾਤਸ਼ਾਹ ਜੀਓ। ਇਸ ਸਮੇਂ ਆਪ ਜੀ ਆਪਣੇ ਇਲਾਹੀ ਦਰਗਾਹੀ ਹੁਕਮਨਾਮੇ ਬਖਸ਼ੋ, ਹੁਕਮਨਾਮੇ 'ਤੇ ਚੱਲਣ ਸਮਝਣ, ਉਸ ਉੱਪਰ ਜੀਵਨ ਢਾਲਣ ਦੀ ਆਪ ਹੀ ਸਮਰੱਥਾ ਬਣਾਉਣੀ ਜੀ, ਤਰਸ ਬਣਾਈ ਰੱਖਣਾ, ਸਾਰਾ ਦਿਨ ਤੁਹਾਡਾ ਨਾਮ ਯਾਦ ਆਉਂਦਾ ਰਹੇ, ਐਸੀ ਮਿਹਰਾਮਤ ਕਰਨਾ, ਦਰੋ ਕਰੋ ਖੁਸ਼ੀਆਂ ਬਖਸ਼ਣਾ ਜੀਓ। ਅੱਖਰ ਵਾਧਾ ਘਾਟਾ ਪੜਿਆ ਕੁਲ ਜਗ ਮਾਫ਼ ਕਰਨੀ, ਸਰਬ ਦੇ ਕਾਰੇ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਲੇ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ, ਸੁਖ ਟਲ ਗੁਰ ਸੇਵੀਐ ਅਹਿਨਿਸ ਸਹਿਜ ਸਵਾ, ਦਰਸ਼ਨ ਪਰਸਿਐ ਗੁਰੂ ਕੇ, ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਮ ਦੀ, ਨੁਰ ਅਰਸੋਂ ਕੁਰਸੋਂ ਚੱਟੀਐ, ਸੁਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ ਹਮ ਦੀਨ, ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹ ਬੁਝਾਈ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ ਹਮ ਦੀਨ, ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹ ਬੁਝਾਈ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ,
ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਰਹਾਉ ਮਨਸਾ ਮਾਰ ਦੁਬਿਧਾ ਸਹਜ ਸਮਾਣੀ, ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ। ਕਿਲਬਖ ਕਾਟਣ ਹਾਰ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨ ਹੋਈ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਸ਼ਬਦੇ ਪਾਵੈ ਕੋਈ। ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹ ਜਾ ਪੈਸੇ। ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹ ਜਾ ਪੈਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।